बिस्मिल्लाहिर्रहमानिर्रहीम। अस्सलामुअलैकुम जी, मैं जरा इमरान ते की हाल चाल ने तुहाडे, उम्मीद है जी तुसीं सारे ठीक होवोगे, वधिया होवोगे जी। अल्लाह पाक तुहानू अपनी हिफ्ज़ो ईमान च रखे। अच्छा जी, अज जिहड़ा ना साडे नाल मौजूद ने भाई दिलदार, किसी भी तारुफ दे जिहड़े ने मुहताज नहीं है, सारे इन्हां नू जानदे ने, मेरे तो भी ज्यादा इन्हां दे फैन होंगे। मैं ते आप इन्हां दी बड़ी वड्डी फैन हां, यकीन करो कि इन्हां दीआं पंजाबी पोटरियां जिहड़ियां ने मैनूं बड़ियां ही अच्छियां लगदियां ने, ते खास तौर ते जिहड़ियां मावां दे बारे, भैणां दे बारे, वालदिआं दे बारे बहुत ही अच्छे अल्फाज यूज करदे ने। अच्छा दिलदार भाई, तुसीं हुण आए हो ते तुसीं सानूं सुनाओ हां जरा वाले साहब दी नजर इक। जी 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 जी, ਕਹਿੰਦਾ ਕਿ ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ। ਵਾਹ ਕੀ ਬਾਤ ਹੈ। ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ, ਨੇਰੀ ਮੀਂਹ ਤੂਫਾਨ ਨਹੀਂ ਵੇਂਦਾ, ਹਾਸਾ ਸਸਾਰੀਆਂ ਸਖਤੀਆਂ ਸਹਿੰਦਾ, ਬੱਚਿਆਂ ਨੂੰ ਵੇਖ ਨਹੀਂ ਸਕਦਾ ਰੋਂਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ। ਕੀ ਬਾਤ ਹੈ। ਜਿਹੜਾ ਕਦੇ ਵੀ ਥੱਕਦਾ ਨਹੀਂ, ਮਨ ਮਨ ਜ਼ਿਦਾ ਅੱਕਦਾ ਨਹੀਂ, ਮੱਥੇ ਤਰੇੜੀ ਜ਼ਰਾ ਨਹੀਂ ਪਾਉਂਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ। ਵਾਹ ਕੀ ਬਾਤ ਹੈ। ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ, ਯਾਦ ਕਰੋ ਵਿੱਚ ਖਾਬ ਦੇ ਮਿਲਦਾ। ਮੈਂ ਆਨਾ ਹੁੰਦਾ ਜਿਨ੍ਹਾਂ ਦੇ ਵਾਲਦੇ ਨੇ ਇਸ ਜੱਗ ਤੋਂ ਟੁਰ ਗਏ ਨੇ ਨਾ, ਉਹਨਾਂ ਦੀ ਕਬਰ ਤੇ ਜਾ ਕਰੋ, ਦਰਬਾਰ ਤੇ ਜਾਣਾ ਨਾਲੋਂ ਵੱਧ ਸਵਾਬ ਆ। ਬਿਲਕੁਲ ਇੰਜੀ ਗੱਲ। ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ, ਯਾਦ ਕਰੋ ਵਿੱਚ ਖਾਬ ਦੇ ਮਿਲਦਾ, ਕਬਰ ਦੇ ਵਿੱਚ ਵੀ ਨਹੀਂ ਹੋਸਾਉਂਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ, ਲੋਕੋ ਪਿਓ ਜਿਆ ਕੋਈ ਨਹੀਂ ਹੁੰਦਾ। ਦਿਲਦਾਰ ਭਾਈ, ਇੱਕ ਹੋਰ ਵਾਲਾ ਸਾਹਿਬ ਦੀ ਨਜ਼ਰ ਇੱਕ। ਅੱਛਾ ਜੀ, ਇੱਕ ਹੋਰ ਵਾਲਾ ਸਾਹਿਬ ਦੀ ਨਜ਼ਰ ਆ। ਕਹਿੰਦਾ ਕਿ ਸੜਸੜ ਧੁੱਪ ਵਿੱਚ ਮੇਰੀ ਖਾਤਰ ਮੈਨੂੰ ਠੰਡੀ ਛਾਂ ਵਿੱਚ ਰੱਖਿਆ। ਕੀ ਬਾਤ। ਮੈਨੂੰ ਤੇ ਬਸ ਹਾਸੇ ਦਿੱਤੇ, ਦੁੱਖ ਦਾ ਜ਼ੈਕਾ ਮੈਂ ਨਹੀਂ ਚੱਖਿਆ। ਘਰ ਜਦ ਬਾਪੂ ਹੁੰਦਾ ਨਹੀਂ, ਘਰ ਫਿਰ ਆਪਣਾ ਘਰ ਨਹੀਂ ਲੱਗਦਾ, ਭਾਵੇਂ ਲੱਖਾਂ ਹੋਣ ਬੁਲਾਵਾ, ਬਾਪੂ ਨਾਲ ਹੋਵੇ ਤੇ ਡਰ ਨਹੀਂ ਲੱਗਦਾ, ਬਾਪੂ ਨਾਲ ਹੋਵੇ ਤੇ ਡਰ ਨਹੀਂ ਲੱਗਦਾ। ਹਾਂਜੀ ਗੱਲ। ਤੇ ਜੇ ਪਿਓ ਨਾਲ ਹੋਵੇ ਨਾ, ਤੇ ਯਕੀਨ ਕਰੋ ਬੰਦੇ ਨੂੰ ਦੁਨੀਆ ਦੀ ਕਿਸੇ ਖੌਫ ਦਾ ਡਰ ਕੋਈ ਨਹੀਂ ਹੁੰਦਾ, ਖੌਫ ਦਾ ਕਿਸੇ ਪਰੇਸ਼ਾਨੀ ਦਾ। ਹਾਂਜੀ ਬਿਲਕੁਲ। ਦਿਲਦਾਰ ਭਾਈ, ਇੱਕ ਹੋਰ ਵਾਲਾ ਸਾਹਿਬ ਦੀ ਨਜ਼ਰ। ਇੱਕ ਹੋਰ ਵਾਲਾ ਸਾਹਿਬ ਦੀ ਨਜ਼ਰ। ਜੀ ਜੀ ਸੁਣੋ, ਬਹੁਤ ਹੀ ਅੱਛਾ ਲੱਗ ਰਿਹਾ, ਯਕੀਨ ਕਰੋ ਸੁਣ ਕੇ ਬਹੁਤ ਹੀ ਅੱਛਾ ਲੱਗ ਰਿਹਾ। ਅੱਛਾ ਵਾਲਾ ਸਾਹਿਬ ਦੀ ਨਜ਼ਰ ਕਿ ਪਿਓ ਦੀ ਕੀ ਮੈਂ ਸਿਫਤ ਕਰਾਂ, ਪਿਓ ਦੀ ਕੀ ਮੈਂ ਸਿਫਤ ਕਰਾਂ, ਮੂੰਹ ਛੋਟਾ ਯਾਰੋ ਗੱਲ ਵੱਡੀ ਏ, ਨੰਗੇ ਪੈਰੀ ਆਪ ਗੁਜ਼ਾਰ ਕੇ ਵੀ ਲੈ ਦਿੱਤੀ ਪੁੱਤ ਨੂੰ ਗੱਡੀ ਏ। ਵਾਹ। ਢਿੱਡ ਨੂੰ ਦੇ ਕੇ ਗੰਢਾਂ, ਪੁੱਤਰਾਂ ਵਾਸਤੇ ਜੋੜਦਾ ਮੱਢੀ ਏ, ਹਾਸੇ ਵਿੱਚ ਵੀ ਮੂੰਹ ਚੋਂ ਨਿਕਲੀ ਹਰ ਗੱਲ ਪੂਰੀ ਕਰ ਛੱਡੀ ਏ। ਹਾਂਜੀ ਗੱਲ। ਪਿਓ ਦੀ ਲੰਮੀ ਜ਼ਿੰਦਗੀ ਲਈ ਵਸੀਮ ਰੱਬ ਅੱਗੇ ਮੈਂ ਝੋਲੀ ਅੱਡੀ ਏ। ਅੱਲਾ ਪਾਕ ਸਭ ਦੇ ਵਾਲਦਿਆਂ ਨੂੰ ਲੰਬੀਆਂ ਉਮਰਾਂ ਦੇਵੇ, ਰੱਬ ਸਲਾਮਤ ਰੱਖੇ ਜੀ। ਅੱਛਾ ਦਿਲਦਾਰ ਭਾਈ, ਤੁਸੀਂ ਇੱਕ ਮੈਨੂੰ ਨਾ ਮਾਂ ਦੀ ਸ਼ਾਨ ਦੇ ਬਾਰੇ ਕੁਝ ਥੋੜਾ ਜੀ ਜੀ ਮਾਂ ਦੀ ਸ਼ਾਨ ਦੇ ਬਾਰੇ ਉਹ ਕਹਿੰਦਾ ਕਿ ਬਾਰਿਸ਼ ਤੇਜ਼ ਹਵਾ ਤੇ ਬੱਦਲ। ਹਾਂਜੀ। ਬਾਰਿਸ਼ ਤੇਜ਼ ਹਵਾ ਤੇ ਬੱਦਲ ਸਭ ਦੀ ਆਪਣੀ ਥਾਂ ਹੁੰਦੀ ਏ, ਧੁੱਪ ਵੀ ਭਾਵੇਂ ਚੰਗੀ ਲੱਗੇ ਛਾਂ ਤੇ ਆਖਰ ਛਾਂ ਹੁੰਦੀ ਏ। ਬਿਲਕੁਲ। ਅੱਬਾ ਪੁੱਤਰ ਭੈਣ ਭਰਾ ਸਾਰੇ ਰਿਸ਼ਤੇ ਵਧੀਆ ਨੇ, ਸਾਰਾ ਜੱਗ ਮੈਂ ਘੁੰਮ ਕੇ ਵੇਖਿਆ, ਮਾਂ ਤੇ ਆਖਰ ਮਾਂ ਹੁੰਦੀ ਏ, ਮਾਂ ਤੇ ਆਖਰ ਮਾਂ ਹੁੰਦੀ ਏ। ਅੱਛਾ ਇੱਕ ਕਲਾਮ ਮੈਂ ਸੁਣਾਉਣਾ ਚਾਹਾਂਗਾ, ਜਿਹੜੇ ਆਪਣੇ ਵਾਲਦਿਆਂ ਦੀਆਂ ਕਦਰਾਂ ਨਹੀਂ ਕਰਦੇ, ਮਾਂ ਤੇ ਆਖਰ ਮਾਂ ਤੇ ਹੁੰਦੀ ਆ, ਲਾਜ਼ਮੀ ਸੁਣਾਣੀ ਚਾਹੀਦੀ ਆ, ਮਾਂ ਤੇ ਆਖਰ ਮਾਂ ਹੁੰਦੀ, ਤੇ ਜਿਹੜੇ ਆਪਣੇ ਵਾਲਦਿਆਂ ਦੀ ਕਦਰ ਨਹੀਂ ਕਰਦੇ ਉਹਨਾਂ ਲਈ ਆ ਕਿ ਮਾਪਿਆਂ ਨੂੰ ਜਿਹੜੇ ਧੱਕੇ ਮਾਰਨ ਕਮਲੇ ਕੀ ਕਹਿਰ ਗੁਜ਼ਾਰਨ, ਉਹਨਾਂ ਅੱਗੇ ਹੱਥ ਮੈਂ ਜੋੜਾਂ, ਜਨਤਾ ਦੀ ਉਹ ਬਾਜ਼ੀ ਹਾਰਨ, ਪੁੱਛ ਨੂੰ ਜਿਹਦੀ ਮਾਂ ਨਹੀਂ ਹੈਗੀ, ਸਿਰ ਤੇ ਠੰਡੀ ਛਾਂ ਨਹੀਂ ਹੈਗੀ, ਦਰ ਦਰ ਧੱਕੇ ਖਾਂਦੇ ਫਿਰਦੇ, ਸ਼ਕਲੋਂ ਦੁਖੀ ਲੱਗਣ ਚੜਦੇ, ਮਾਪਿਆਂ ਦੀ ਤੁਸੀਂ ਖਿਦਮਤ ਕਰ ਲਓ, ਮਿੱਠਾ ਕੌੜਾ ਬੋਲ ਵੀ ਜਰ ਲਓ, ਇਹ ਫੁੱਲ ਬਾਗਾਂ ਵਿੱਚ ਖਿਲਣੇ ਨਹੀਂ, ਉਹ ਚੱਲਿਆ ਜੇ ਟੁਰ ਗਏ ਮਾਪੇ ਮਿਲਣੇ ਨਹੀਂ, ਜੇ ਟੁਰ ਗਏ ਮਾਪੇ ਮਿਲਣੇ ਨਹੀਂ। ਕੀ ਬਾਤ ਹੈ। ਅੱਛਾ ਦਿਲਦਾਰ ਭਾਈ, ਮਾਸ਼ਾਅੱਲਾ ਬਹੁਤ ਹੀ ਅੱਛੀਆਂ ਸੀ, ਹੁਣ ਤੁਸੀਂ ਇੱਕ ਜ਼ਰਾ ਭੈਣਾਂ ਦੇ ਬਾਰੇ ਵੀ ਥੋੜਾ ਜਿਹਾ। ਜੀ ਜੀ, ਭੈਣਾਂ ਦੇ ਬਾਰੇ ਕਿਉਂ ਨਹੀਂ। ਕਹਿੰਦਾ ਕਿ ਵੱਡੀ ਭੈਣ ਦੀ ਨਜ਼ਰ ਇੱਕ ਬੋਲ ਸੁਣਾ ਰਿਹਾ ਮੈਂ। ਕਹਿੰਦਾ ਕਿ ਹਰ ਕਿਸੇ ਨਾਲ ਧੋਖਾ ਹੈ, ਸਭ ਤੋਂ ਜ਼ਿਆਦਾ ਮੇਰਾ ਫੇਮਸ ਆ, ਮੈਂ ਜਿੰਨੀ ਦਫਾ ਵੀ ਬੋਲਦਾ ਨਾ ਲੋਕ ਬਹੁਤ ਲਾਈਕ ਕਰਦੇ ਨੇ। ਦਿਲਦਾਰ ਭਾਈ, ਮੈਨੂੰ ਤਾਂ ਤੁਹਾਡੀ ਸਾਰੀਆਂ ਹੀ ਬੜੀਆਂ ਅੱਛੀਆਂ ਲੱਗਦੀਆਂ, ਯਕੀਨ ਕਰੋ ਮੈਂ ਤੇ ਬੜੀ ਫੈਨ ਹੈ, ਫਿਰ ਪੰਜਾਬੀ ਮਾਸ਼ਾਅੱਲਾ ਕਿ ਬਹੁਤ ਹੀ ਅੱਛਾ ਲੱਗਦਾ। ਜੀ ਜੀ। ਉਹ ਕਹਿੰਦਾ ਕਿ ਹਰ ਕਿਸੇ ਨਾਲ ਧੋਖਾ ਨਹੀਂ ਕਰੀਦਾ, ਇੱਕ ਘਰ ਤੇ ਛੱਡ ਦਿੰਦੀ ਡੈਣ ਹੈ, ਡੈਣ ਵੀਰ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ, ਇੱਕ ਭੈਣ ਜਿਹੜੀ ਰੋ ਰੋ ਕਰਦੀ ਵੈਣ ਹੈ। ਹਾਂਜੀ ਗੱਲ। ਤੇ ਵੀਰ ਬੋਲਣ ਜਾਂ ਨਾ ਬੋਲਣ, ਵੀਰਾਂ ਪਿੱਛੇ ਹੁੰਦੀ ਛਦੈਣ ਹੈ, ਮਾਂ ਤੋਂ ਬਾਅਦ ਜਿਹੜੀ ਮਾਂ ਦਾ ਫਰਜ਼ ਨਿਭਾਉਂਦੀ ਉਹਨੂੰ ਕਹਿੰਦੇ ਵੱਡੀ ਭੈਣ ਹੈ, ਓਏ ਉਹਨੂੰ ਕਹਿੰਦੇ ਵੱਡੀ ਭੈਣ ਹੈ। ਤੇ ਜਿਨ੍ਹਾਂ ਦੇ ਮਾਪੇ ਇਸ ਜੱਗ ਤੋਂ ਟੁਰ ਗਏ ਨੇ, ਬੜਾ ਹਾਰਟ ਟੱਚ ਮੇਰਾ ਕਲਾਮ ਆ, ਲੋਕਾਂ ਦੀਆਂ ਚੀਖਾਂ ਨਿਕਲ ਗਈਆਂ ਸੀਗੀਆਂ ਜਿਨ੍ਹਾਂ ਦੀ ਵਾਲਦਾ ਇਸ ਜੱਗ ਤੇ ਹੈ ਨੀਗੇ। ਕਹਿੰਦਾ ਕਿ ਰੋਵਾਂ ਧਾੜਾਂ ਮਾਰਨੀ ਅੰਮੀ, ਕੱਢਾਂ ਦਿਲ ਦਾ ਖਾਰ ਨਹੀਂ ਅੰਮੀ, ਬਸ ਇੱਕ ਵਾਰੀ ਮੁੜ ਕੇ ਆ ਜਾ, ਮੈਨੂੰ ਇੰਨੀ ਗੱਲ ਸਮਝ ਆ ਜਾ, ਆਲ ਦੁਆਲੇ ਘੁੰਮਣਾ ਕਿੰਨੇ, ਮੇਰਾ ਮੱਥਾ ਚੁੰਮਣਾ ਕਿੰਨੇ, ਪਿਆਰ ਦੀ ਥੰਮੀ ਕਿਹਨੂੰ ਆਖਾਂ, ਹੁਣ ਮੈਂ ਅੰਮੀ ਕਿਹਨੂੰ ਆਖਾਂ, ਹੁਣ ਮੈਂ ਅੰਮੀ ਕਿਹਨੂੰ ਆਖਾਂ। ਕੀ ਬਾਤ ਹੈ। ਅੱਛਾ ਜੀ, ਦਿਲਦਾਰ ਭਾਈ ਦੀਆਂ ਫੋਟੀਆਂ, ਮੈਂ ਤੇ ਯਕੀਨ ਕਰੋ ਬੜੀ ਵੱਡੀ ਫੈਨ, ਬੜਾ ਅੱਛਾ ਲੱਗਿਆ, ਤੇ ਤੁਹਾਨੂੰ ਕੈਸਾ ਲੱਗਿਆ ਇਹਨਾਂ ਦੇ ਮੂੰਹ ਸੁਣ ਕੇ ਸਾਰਾ,
लाजमी कमेंट करके दसना है। तुहानू साडी वीडियो कैसी लगी ए भी तुसी लाजमी कमेंट करके दसनी है जी। बहुत शुक्रिया साडी वीडियो नूं एंड तक देखण दा। सानू इजाजत दिओ ते फिर मिलांगे किसी अच्छी जी वीडियो जे। तेरा रखा।